ਪੰਜਾਬ ਦੇ DGP ਦਿਨਕਰ ਗੁਪਤਾ ਨੇ ਪੰਜਾਬ ਵਾਸੀਆਂ ਨੂੰ ਲਾਅ ਅਤੇ ਆਰਡਰ ਨੂੰ ਮੇਨਟੇਨ ਰੱਖਣ ਲਈ ਸੰਦੇਸ਼ ਦਿੱਤਾ, ਜਿਸ ਵਿੱਚ ਉਹਨਾਂ ਨੇ ਕਿਹਾ ਕਿ ਕਾਨੂੰਨ ਤੋੜਨ ਵਾਲਿਆਂ ਨੂੰ ਕਿਸੇ ਵੀ ਕੀਮਤ 'ਤੇ ਬਖਸ਼ਿਆ ਨਹੀਂ ਜਾਵੇਗਾ ਅਤੇ ਨਾਲ ਹੀ ਉਹਨਾਂ ਨੇ ਕਿਹਾ ਕਿ ਜੋ ਨੌਜਵਾਨ ਨਸ਼ਾ ਛੱਡਣ ਲਈ ਦਵਾਈ ਲੈ ਰਹੇ ਨੇ, ਅਗਰ ਉਹਨਾਂ ਨੂੰ ਕੋਈ ਮੁਸ਼ਕਲ ਆਉਂਦੀ ਹੈ ਤਾਂ 112 ਨੰਬਰ 'ਤੇ ਸੰਪਰਕ ਕਰ ਸਕਦੇ ਹਨ। ਇਸ ਭਿਆਨਕ ਮਹਾਂਮਾਰੀ ਤੋਂ ਬਚਣ ਲਈ ਪ੍ਰਸ਼ਾਸਨ ਨਾਲ ਸਹਿਯੋਗ ਕਰਨ ਦੀ ਮੰਗ ਕੀਤੀ ਹੈ, ਕਿਉਂਕਿ ਅਸੀਂ ਇਕੱਠੇ ਹੋ ਕੇ ਇਸ ਮਹਾਂਮਾਰੀ ਨਾਲ ਨਜਿੱਠ ਸਕਦੇ ਹਾਂ। ਲੋਕਾਂ ਲਈ ਪੰਜਾਬ ਪੁਲਿਸ ਚੰਗੀ ਹੈ, ਤੇ ਲੇਕਿਨ ਜਿਹੜੇ ਮਾੜਾ ਅੰਸਰ ਹੈ, ਜਿਹੜਾ ਕਾਨੂੰਨ ਆਪਣੇ ਹੱਥ ਵਿੱਚ ਲਵੇਗਾ, ਅਸੀਂ ਉਹਦੇ ਨਾਲ ਬੜਾ ਸਖਤੀ ਨਾਲ ਨਿਪਟਾਂਗੇ। ਤਲਵਿੰਦਰ ਹੋਣੀ ਰਾਜਪੁਰੇ ਤੋਂ ਪੁੱਛ ਰਹੇ ਹਨ ਡਰੱਗ ਐਡਿਕਟਸ ਦੇ ਬਾਰੇ ਕਿ ਉਹਨਾਂ ਨੂੰ ਜਿਹੜੇ ਟ੍ਰੀਟਮੈਂਟ ਲੈ ਰਹੇ ਹਨ, ਕਿ ਉਹਨਾਂ ਲਈ ਜਿਹੜੇ ਓਟ ਸੈਂਟਰ ਜਿਹੜੇ ਹੈਗੇ ਹੈ ਉਹਨਾਂ ਨੂੰ ਐਕਸਪੈਂਡ ਕੀਤਾ। ਬਹੁਤ ਸਾਰੇ ਲੋਕ ਸਾਡੇ ਜਿਹੜੇ ਇਸ ਇਸ਼ੂ ਵਿੱਚ ਫਸੇ ਹੋਏ ਹਨ, ਡਰੱਗ ਟ੍ਰੈਪ ਦੇ ਵਿੱਚ ਫਸੇ ਹੋਏ ਹੈਗੇ ਹੈ, ਸਾਡੀ ਪੂਰੀ ਸਪੋਰਟ ਹੈ। ਅਤੇ ਓਟ ਸੈਂਟਰ ਪੰਜਾਬ ਸਰਕਾਰ ਨੇ ਖੋਲ੍ਹੇ ਹੈਗੇ ਹੈ, ਅਤੇ ਉੱਥੇ ਤੁਸੀਂ ਜਾਓ, ਆਪਣੀ ਟ੍ਰੀਟਮੈਂਟ ਲਵੋ, ਅਤੇ ਜੋ ਵੀ ਹੈਗਾ ਸੋ ਉੱਥੇ ਤੁਸੀਂ ਜਾ ਸਕਦੇ ਹੋ। ਜੇ ਕੋਈ ਤੁਹਾਨੂੰ ਪ੍ਰੋਬਲਮ ਹੈ, ਤੁਹਾਨੂੰ ਪਾਸ, ਤੁਹਾਨੂੰ ਘਰ ਤੋਂ ਬਾਹਰ ਨਿਕਲਣ 'ਚ ਪ੍ਰੋਬਲਮ ਹੈਗੀ ਹੈ, ਤੁਸੀਂ 112 'ਤੇ ਕਾਲ ਕਰ ਸਕਦੇ ਹੈਗੇ ਹੋ। ਸਾਡੀ ਹੈਲਪਲਾਈਨ 24/7 ਅਵੇਲੇਬਲ ਹੈ। ਸੁਮਿਤ ਦਾ ਕਹਿਣਾ ਹੈ ਕਿ ਲੋਕ ਕ੍ਰਿਕਟ ਵੀ ਖੇਡ ਰਹੇ ਹੈਗੇ ਹਨ, ਅਤੇ ਉਹਨਾਂ ਨੂੰ ਕਿਹਾ ਜਾਵੇ ਕਿ ਉਹ ਘਰ ਰਹਿਣ। ਮੈਨੂੰ ਇਹੋ ਜਿਹੀਆਂ ਕੰਪਲੇਂਟਸ ਕੁਛ ਆਈਆਂ ਸੀ ਮਾਨਸਾ ਤੋਂ, ਕੁਛ ਦੂਸਰੇ ਥਾਵਾਂ ਤੋਂ ਵੀ ਆਈਆਂ ਸੀ, ਉਹਦੇ ਖਿਲਾਫ਼ ਅਸੀਂ ਐਕਸ਼ਨ ਵੀ ਲੈਣੇ ਹੈਗੇ ਹਾਂ। ਐਂਡ ਆਈ ਲਾਈਕ ਟੂ ਅਪੀਲ ਟੂ ਦੀ ਯੰਗ ਬੋਇਜ਼ ਐਂਡ ਗਰਲਸ ਐਂਡ ਚਿਲਡਰਨ ਕਿ ਕਾਇੰਡਲੀ ਤੁਸੀਂ ਟੂ ਕਾਇੰਡਲੀ ਬੇਅਰ ਵਿਦ ਅਸ, ਕਾਇੰਡਲੀ ਕੋਪਰੇਟ ਵਿਦ ਦ ਪੁਲਿਸ ਐਂਡ ਦੀ ਐਡਮਿਨਿਸਟ੍ਰੇਸ਼ਨ ਕਿ ਤੁਸੀਂ ਇਨ ਇਨਫੋਰਸਿੰਗ ਦ ਕਰਫਿਊ, ਆਪਣੇ ਘਰ ਰਹੋ। ਆਪਾਂ ਇਹ ਸਾਰਾ ਕਲੈਕਟਿਵਲੀ ਆਪਾਂ ਨੂੰ ਇਹ ਜਿਹੜਾ ਆਪਣੇ 'ਤੇ ਕ੍ਰਾਈਸਿਸ ਆਇਆ ਹੈ, ਇਹ ਜਿਹੜਾ ਦੁੱਖ ਦੀ ਘੜੀ ਹੈ, ਇਹ ਆਪਾਂ ਇਕੱਠੇ ਰਲ ਮਿਲ ਕੇ ਹੀ ਆਪਾਂ ਇਹਦੇ ਵਿੱਚ ਨਿਕਲ ਸਕਦੇ ਹੈਗੇ ਹਾਂ। ਵੀ ਆਰ ਲਿੰਕਡ ਟੂ ਈਚ ਅਦਰ। ਅੱਜ ਦੀ ਗਲੋਬਲਾਈਜ਼ਡ ਵਰਲਡ ਹੈਗੀ ਹੈ, ਆਪਣਾ ਸਾਰਾ ਸੂਬਾ, ਆਪਣਾ ਸਾਰਾ ਮੁਲਕ, ਵੀ ਆਰ ਆਲ ਕਨੈਕਟਿਡ ਟੂ ਈਚ ਅਦਰ। ਸੋ ਜਿਹੜੀ ਬਿਮਾਰੀ ਹੈ ਇਹ ਵੀ ਬਾਹਰੋਂ ਆਈ ਹੈ, ਤੁਹਾਨੂੰ ਪਤਾ ਹੈਗਾ ਇਹ ਜਿਹੜੀ ਚੀਜ਼ ਹੈ, ਸੋ ਆਪਾਂ ਰਲ ਮਿਲ ਕੇ ਚੱਲਣਾ ਹੈ। ਆਪਣੇ ਸੰਦੇਸ਼ ਵਿੱਚ ਉਹਨਾਂ ਨੇ ਇਮਾਨਦਾਰੀ ਨਾਲ ਕੰਮ ਕਰਨ ਵਾਲੇ ਹਰੇਕ ਕਰਮਚਾਰੀ ਦੀ ਸ਼ਲਾਘਾ ਕੀਤੀ ਅਤੇ ਉਹਨਾਂ ਨੇ ਇਹ ਵੀ ਦੱਸਿਆ ਕਿ ਬਹੁਤ ਸਾਰੇ ਵਲੰਟੀਅਰ ਵੀ ਸਾਡੇ ਨਾਲ ਜੁੜ ਕੇ ਕੰਮ ਕਰ ਰਹੇ ਨੇ। ਉਹਨਾਂ ਨੇ ਲੋਕਾਂ ਨੂੰ ਘਰਾਂ ਵਿੱਚ ਰਹਿਣ, ਪੇਸ਼ੈਂਸ ਬਣਾ ਕੇ ਰੱਖਣ, ਸਰਕਾਰ ਦਾ ਸਹਿਯੋਗ ਕਰਨ ਦੀ ਗੱਲ ਵੀ ਕਹੀ ਅਤੇ ਉਹਨਾਂ ਨੇ ਪੂਰੀ ਪੰਜਾਬ ਪੁਲਿਸ ਦਾ ਧੰਨਵਾਦ ਕੀਤਾ ਜੋ ਸਾਡੇ ਲਈ 10 ਘੰਟੇ ਤੋਂ ਜ਼ਿਆਦਾ ਸਮਾਂ ਡਿਊਟੀ ਕਰਦੇ ਹਨ ਅਤੇ 1 ਮਹੀਨੇ ਤੋਂ ਕਰ ਰਹੇ ਹਨ। ਅਤੇ ਸਾਡਾ ਵੀ ਫਰਜ਼ ਬਣਦਾ ਹੈ ਕਿ ਅਸੀਂ ਸਭ ਵੀ ਅਜਿਹੇ ਸਮੇਂ ਵਿੱਚ ਪ੍ਰਸ਼ਾਸਨ ਦਾ ਸਹਿਯੋਗ ਕਰੀਏ। ਆਈ ਵਿਲ ਆਲਸੋ ਲਾਈਕ ਟੂ, ਮੈਂ ਆਪਣੇ ਜਿਹੜੀ ਮੇਰੀ ਪੁਲਿਸ ਫੋਰਸ ਹੈ, ਜਿਹੜੇ ਪੰਜਾਬ ਪੁਲਿਸ ਦੇ ਸਾਡੇ ਜਵਾਨ ਹਨ, ਕਾਂਸਟੇਬਲ, ਹੈੱਡ ਕਾਂਸਟੇਬਲ, ASI, ਸਬ ਇੰਸਪੈਕਟਰ, ਇੰਸਪੈਕਟਰ, ਸਾਡੇ DYSPs, SPs, SSPs, DIGs, IGs, ਯੂ ਨੋ, ਆਈ ਐਪਰੀਸ਼ੀਏਟ ਈਚ ਵਨ ਆਫ ਦੈਮ। ਦੇ ਆਰ ਗੋਇੰਗ ਆਊਟ ਆਫ ਦੇਅਰ ਵੇ ਟੂ ਹੈਲਪ ਯੂ ਗਾਇਜ਼ ਆਊਟ। ਮਤਲਬ ਦੇ ਹੈਵ ਆਪਣਾ ਪਰਸਨਲ ਉਹ ਛੱਡ ਕੇ, ਆਪਣਾ ਪਰਸਨਲ ਕੰਫਰਟ ਛੱਡ ਕੇ ਉਹ ਆਪਣੇ ਆਪ ਨੂੰ ਐਕਸਪੋਜ਼ ਕਰ ਰਹੇ ਹੈਗੇ ਹੈ। ਮਤਲਬ ਦੇ ਆਰ ਐਟ ਦੇ ਐਕਸਪੋਜ਼ਿੰਗ ਦੈਮਸੈਲਵਸ ਟੂ ਦਿਸ ਡਿਜ਼ੀਜ਼, ਦੇ ਆਰ ਫਾਈਟਿੰਗ ਫਾਰ ਯੂ, ਦੇ ਆਰ ਵਰਕਿੰਗ ਫਾਰ ਯੂ ਡੇ ਐਂਡ ਨਾਈਟ 24/7। ਈਚ ਕਾਂਸਟੇਬਲ ਇਜ਼ ਵਰਕਿੰਗ ਮੋਰ ਦੈਨ 10 hours, 12 hours a day, and without, you know, for almost about a month now, and they are doing a great job. I thank all of you for supporting us and supporting and appreciating the work being done by the Punjab police and by the and I'm grateful to each one of you. It means a lot to us, and I cannot thank each one of you individually, but through this medium I want to thank each one of you. I want to thank each one of the members of my
ਪੰਜਾਬ ਪੁਲਿਸ ਫੋਰਸ ਹੂ ਆਰ ਤੁਹਾਡੇ ਵਿੱਚੋਂ ਹੀ ਹੈਗੇ ਹੈ, ਮਤਲਬ ਅਸੀਂ ਤੁਹਾਡੇ ਲਈ ਹੈਗੇ ਹੈ, ਅਸੀਂ ਤੁਹਾਡੇ ਵਿੱਚੋਂ ਹੀ ਹੈਗੇ ਹੈ। ਜਿਹੜੀ ਪੰਜਾਬ ਪੁਲਿਸ ਹੈ ਉਹ ਤੁਹਾਡੀ ਆਪਣੀ ਹੈ, ਤੁਹਾਡੇ ਲਈ ਹੈ। ਸੋ ਇਹ ਮੈਂ ਦੁਹਰਾਉਣਾ ਚਾਹਾਂਗਾ, ਔਰ ਅਸੀਂ ਵਚਨਬੱਧ ਹੈਗੇ ਹਾਂ, ਅਸੀਂ ਕਮਿਟਿਡ ਹੈਗੇ ਹਾਂ ਕਿ ਅਸੀਂ ਤੁਹਾਡੀ ਸਪੋਰਟ ਕਰੀਏ, ਇਹ ਔਖੀ ਘੜੀ ਦੇ ਵਿੱਚ ਤੁਹਾਡੀ ਹੈਲਪ ਕਰੀਏ, ਤੁਹਾਨੂੰ ਅਸਿਸਟ ਕਰੀਏ। ਅਸੀਂ ਮੈਨੂੰ ਇਸ ਚੀਜ਼ ਦਾ ਅੰਦਾਜ਼ਾ ਹੈ ਕਿ ਅਸੀਂ ਵਰਦੀ ਪਾਈ ਹੋਈ ਹੈ, ਅਤੇ ਸਾਡਾ ਇਹ ਧਰਮ ਹੈ, ਸਾਡਾ ਇਹ ਵਚਨ ਹੈ, ਔਰ ਅਸੀਂ ਇਹ ਵਚਨ ਨਿਭਾਵਾਂਗੇ, ਅਸੀਂ ਆਪਣਾ ਇਹ ਵਚਨ ਨਿਭਾਉਂਦੇ ਰਹਾਂਗੇ। ਸੋ ਥੈਂਕ ਯੂ ਵੈਰੀ ਮੱਚ ਐਂਡ ਥੈਂਕ ਯੂ ਫੋਰ ਜੁਆਇਨਿੰਗ ਮੀ ਟੁਡੇ, ਔਰ ਮੈਨੂੰ ਬੜੀ ਖੁਸ਼ੀ ਹੈ ਅਤੇ ਮੈਂ ਤੁਹਾਡਾ ਸਭ ਦਾ ਬੜਾ ਸ਼ੁਕਰਗੁਜ਼ਾਰ ਹਾਂ ਕਿ ਤੁਸੀਂ ਯੂ ਆਰ ਸਪੋਰਟਿੰਗ ਅਸ ਇਨ ਡਿਊਰਿੰਗ ਦੀਸ ਡਿਫੀਕਲਟ ਟਾਈਮਸ, ਐਂਡ ਵੀ ਆਰ ਟਰਾਇੰਗ ਟੂ ਲੈਸਨ ਦ ਪੇਨ, ਵੀ ਆਰ ਟਰਾਇੰਗ ਟੂ ਲੈਸਨ ਦ ਬਰਡਨ ਵਿਚ ਇਜ਼ ਔਨ ਈਚ ਵਨ ਆਫ ਯੂ ਐਂਡ ਔਨ ਆਸ। ਲੈਟਸ ਕੀਪ ਡੂਇੰਗ ਦਿਸ ਐਂਡ ਵੀ ਹੈਵ ਟੂ ਡੂ ਦਿਸ ਟੁਗੈਦਰ, ਵੀ ਹੈਵ ਟੂ ਕਮ ਆਊਟ ਆਫ ਦਿਸ ਟੁਗੈਦਰ। ਥੈਂਕ ਯੂ ਵੈਰੀ ਮੱਚ, ਜੈ ਹਿੰਦ। ਬਿਊਰੋ ਰਿਪੋਰਟ, ਵਿਜ਼ਨ ਪੰਜਾਬ ਟੀਵੀ।